मम्मी की गांड है जे करना की है करन की नियरी क्या फिर नहीं टीना पाऊंगा ना तो मम्मी ने तो पाली ले आके पालो सवेर दी बारिश होन दई है तो सारा पानी अंदर आउन दिया ओ मैं मम्मी आपे दी है रात मैं मुंडे दे कपड़े पा के आया मेरे घरों नाले मेरी बारिश ने इधर आ मम्मी गल की होई आ जा जा इत्थे पापा ने इन्ने गुस्से लगे थे ना तन पिछे गए लभन वास्ते सवेर दे डीकन दे ते आ लैंदे दी तौनी लौनी आ नाले पीती तन ते पता ही आ की गल्ला करदा हां जेड़ी गल्ल आदी मैनूं सच्ची सच्ची दस केड़ी गल्ल मम्मी जेड़ी पीसी लागे बैठ के करदा हां मैं कड़ियां गल्ला करनी पीसी लागे बैठ के मैं करो झूठ ना बोल ते तैनूं भी पता मम्मी मैं की पुछन दई आ तैनूं की लगदा मैं इदां गल चोर ना रहूंगा ओ तो दविंदर ने सारे घर दे विच धमाया ना ਉਨੇ ਨਾ ਗਲੀ ਗਲੀ ਦੱਸਣਾ ਚੰਗੇ ਲੱਗੀ ਤਾਂ ਜੇ ਕੋ ਗੱਲ ਬਾਤ ਹੈਗੀ ਤਾਂ ਤਾਂ ਮੈਨੂੰ ਦੱਸ ਕਿਹੜੀ ਗੱਲ ਬਾਤ ਮੰਮੀ ਕੁੜੀ ਦੀ ਉਹ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਆ ਉਹ ਬਸ ਫਰੈਂਡ ਆ ਮੇਰੀ ਅੱਜ ਕੱਲ ਤੇ ਆਮ ਹੀ ਗੱਲਾਂ ਆ ਇਹ ਤੈਨੂੰ ਪਤਾ ਤੇ ਮੈਨੂੰ ਪਤਾ ਵਾ ਪਰ ਘਰ ਦੇ ਇਹ ਗੱਲ ਨਹੀਂ ਸਮਝਦੇ ਉਹ ਤਾਂ ਤੇਰੇ ਪਾਪਾ ਤੈਨੂੰ ਲੱਭਣ ਵਾਸਤੇ ਗਏ ਆ ਫਿਰ ਦੀ ਗਲੀ ਗਲੀ ਚ ਪੀਤੀ ਚ ਦੱਸ ਗਏ ਨਾ ਉਹਨਗੇ ਵੀ ਕਿਉਂ ਗੁੱਸੇ ਦੇ ਨਾ ਲੱਭਣ ਮੈਨੂੰ ਗਏ ਆ ਲੱਭ ਕੇ ਹੁਣ ਮੈਨੂੰ ਲਿਆਉਣਾ ਪੈਣਾ ਉਹਨਾਂ ਨੂੰ ਤਾਂ ਮੌਕਾ ਚਾਹੀਦਾ ਘਰ ਨਿਕਲਣ ਦਾ ਉਹ ਤਾਂ ਨਿਕਲ ਗਏ ਆ ਵੇਖ ਗੌਰਵ ਘਰ ਦਾ ਸਾਡੇ ਦਾ ਮਾਹੌਲ ਚੱਲ ਇਦਾਂ ਦਾ ਵਾ ਕਿ ਪਹਿਲੇ ਬਥੇਰੀ ਮਸ਼ਹੂਰੀ ਆ ਉੱਤੋਂ ਰਹਿ ਰਹਾ ਕੇ ਹੁਣ ਤੂੰ ਇਦਾਂ ਦਾ ਕੋਈ ਕੰਮ ਨਾ ਕਰੀ ਵੀ ਕੋਈ ਨਵਾਂ ਤਾਜ਼ਾ ਕੱਢੀ ਤੈਨੂੰ ਮੈਂ ਲੱਸੀ ਜਾਣ ਡਈ ਹੋ ਧੀਆਂ ਭੈਣਾਂ ਸਾਰੇ ਦੀ ਸਾਂਝੀਆਂ ਹੁੰਦੀਆਂ ਵਾ ਹਾਂ ਠੀਕ ਆ ਜੇ ਤੂੰ ਗੱਲ ਕਰਦਾ ਵਾ ਤੇਰੀ ਕੋਈ ਦੋਸਤ ਵਾ ਤਾਂ ਗੱਲ ਵੱਖਰੀ ਆ ਪਰ ਦੋਸਤੀ ਤੋਂ ਬਾਅਦ ਮੈਨੂੰ ਕੁਝ ਨਹੀਂ ਚਾਹੀਦਾ ਇਹ ਗੱਲ ਨੂੰ ਧਿਆਨ ਚ ਰੱਖੀ ਉਹ ਨਹੀਂ ਮੰਮੀ ਐਵੇਂ ਨਾ ਤੁਸੀਂ ਫਿਕਰ ਕਰਿਆ ਕਰੋ ਐਦਾਂ ਦੀ ਕੋਈ ਗੱਲ ਨਹੀਂ ਹੈ ਜੇ ਐਦਾਂ ਦੀ ਕੋਈ ਵੀ ਗੱਲ ਹੋਈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਹੀ ਦੱਸਣੀ ਆ ਕਿਉਂ ਛੱਡੋ ਆ ਚਾਚੀ ਹੀ ਕਾਂਢੀ ਆ ਤੇਰੀ ਗਾੜੀ ਬੈਠੀ ਮਾਂ ਹਲਾਰੇ ਲੈਣ ਦੀ ਕਦੀ ਐਨ ਤੋਂ ਕਦੀ ਐਨ ਨੂੰ ਉਹਦੀ ਤੁਹਾਨੂੰ ਕੀ ਦੱਸਾਂ ਅੱਧਾ ਪੌਣਾ ਘੰਟਾ ਹੋ ਗਿਆ ਟੀਵੀ ਅੱਗੇ ਬੈਠੀ ਨੂੰ ਪਹਿਲਾਂ ਮੈਗੀ ਬਣਾ ਕੇ ਲੈ ਗਈ ਜੋ ਜੋ ਵਿੱਚ ਖਾਂਦੇ ਉਸੇ ਚੀਜ਼ ਨੂੰ ਲੱਗੀ ਰਹਿੰਦੀ ਹੁਣ ਪੌਪਕੌਰਨ ਬਣਾ ਕੇ ਲੈ ਗਈ ਆ ਸਵੇਰੇ ਵਾਲ ਖਲਾ ਲਏ ਉਹਨਾਂ ਵਾਂਗੂ ਗਾੜੀ ਨੱਚਣ ਦੇ ਹੀ ਟੀਵੀ ਦੇ ਅੱਜ ਕੋਈ ਕੰਮ ਵੀ ਨਹੀਂ ਕਰਾਇਆ ਅੱਜ ਤਾਂ ਉਹਨੇ ਵੀ ਕਪਾਈ ਦਿੱਤਾ ਮੈਨੂੰ ਚਾਚੀ ਨੂੰ ਨਹੀਂ ਇਹ ਗੱਲ ਦਾ ਪਤਾ ਉਹਨੇ ਤਾਂ ਮੈਨੂੰ ਕਾਲ ਕਰਨਾ ਵਾ ਪਤਾ ਕਿਉਂ ਨਹੀਂ ਆ ਦਵਿੰਦਰ ਨੇ ਕੁਝ ਛੱਡਿਆ ਨਹੀਂ ਘਰ ਚ ਦੱਸਣ ਵਾਲਾ ਚਾਚਾ ਤੇ ਜੀ ਅੰਦਰ ਕੰਨਾਂ ਚ ਟੂਟੀਆਂ ਲਾ ਕੇ ਤੇ ਫੋਨ ਤੇ ਬੈਠਾ ਸਵੇਰ ਦਾ ਸਾਡੇ ਘਰ ਚ ਕੋਈ ਇਦਾਂ ਦੀ ਗੱਲ ਹੋ ਗਈ ਨਾ ਜੇ ਕਿਤੇ ਤੇ ਘਰ ਦੇ ਤਾਂ ਉਹਦਾ ਤਮਾਸ਼ਾ ਬਣਾ ਦੇਣਾ ਵਾ ਤਾਂ ਹੀ ਕਹਿੰਦੇ ਧਿਆਨ ਖਿਆਲ ਨਾ ਰਹੀਂ ਸ਼ੁਕਰ ਕਰ ਮਣਾ ਮਾਤਾ ਨੂੰ ਕੋਈ ਹੋਰ ਨਹੀਂ ਸੁਣਿਆ ਮੈਂ ਤੇ ਇਹਨਾਂ ਨੂੰ ਘਰੇ ਕਢਾ ਲੈਣਾ ਸੀ ਉਦਾਂ ਇਹਨੂੰ ਕਾਕੇ ਸੁਣਦਾ ਨਹੀਂ ਆ ਇਹ ਗੱਲ ਕਿਤੇ ਛੇਤੀ ਸਾਰੇ ਟਾਲ ਦੇ ਚੜਾਈ ਆ ਸਹੀ ਕਹਿੰਦੀ ਮਾਸੀ ਕਮਲਾ ਦਾ ਟੱਬਰ ਆ ਸਾਡਾ ਦੋਗਨੋਂ ਦਾਦੀ ਦੋਗਨੋਂ ਦੋੜਾ ਆ ਗਿਆ ਦੋੜਾ ਹੁਣ ਪੌਂਦਾ ਤਪਾ ਓ ਤਮਲਿਆ ਤਨਾਂ ਦੇ ਤੂਤੀਆਂ ਤੱਦ ਲਿਆ ਤਾਰ ਤੋਂਦਾ ਤੇ ਤੈਨੂੰ ਅੱਦੇ ਨਹੀਂ ਆ ਜਿਹੜੇ ਨੇਦੇ ਮੁੰਡੇ ਥੋੜੇ ਮਦੇ ਖਾਣ ਉਹ ਵੀ ਤੂੰ ਖਰਾਬ ਕਰ ਲੈਣੇ ਆ ਕੀ ਓ ਆ ਕੰਨਾਂ ਦੇ ਤੂਤੀਆਂ ਖੱਦ ਲਿਆ ਕਰ ਜਿਹੜੇ ਮਾਰੇ ਮੁੰਡੇ ਕੰਨ ਛੁੰਦੇ ਉਹ ਵੀ ਖਰਾਬ ਹੋ ਜਾਣੇ ਤੇਰੇ ਤੇ ਮੇਰੀ ਗੱਲ ਸੁਣ ਦੋੜਾ ਆ ਗਿਆ ਦੋੜਾ ਕੱਲ ਤੇਰੇ ਵਜੀ ਹੈ ਤੇ ਪੇੜ ਤੂੰ ਫੇਰ ਬੋਲਾ ਬੋਲਾ ਕਰਦੀ ਆ ਫੇਰ ਕਿ ਨੂੰ ਮਾਰਦਾ ਹਾਏ ਤਮਲਿਆ ਦੋਰਾ ਆ ਗਿਆ ਦੋਰਾ ਆਪਣਾ ਦੋਰਾ ਆ ਗਿਆ ਤੇ ਮੈਂ ਕਿਹਨਾਂ ਆ ਗਿਆ ਤੇ ਉਹਨੂੰ ਪੁੱਛੋ ਤੇਰੀ ਤੁਰੀ ਨਾਲ ਲਾਬੂ ਕਰਦਾ ਸੀ ਉਹ ਪਿਓ ਦਾ ਲੱਭਦਾ ਫਿਰਦਾ ਆਪੇ ਪੁੱਛੂਗਾ ਉਹ ਤੂੰ ਵੀ ਤੇ ਕਰਦਾ ਵਾ ਆਦਾ ਆਦਾ ਪੁੱਤੀਆਂ ਨੂੰ ਆਦਾ ਉਹ ਬਹਿ ਜਾ ਮਾਨ ਟੀਵੀ ਵੇਖ ਲੈ ਲੜਾਈ ਸ਼ੁਰੂ ਕਰਤੀ ਗਾ 24 ਘੰਟੇ ਤੈਨੂੰ ਕੰਮ ਹੀ ਹੈ ਜਾ ਤੂੰ ਚਾਤੀ ਹੈ ਤੂੰ ਪੁੱਛ ਲੈ ਮੈਂ ਉਹ ਗੱਲਾਂ ਸੁਣਨੀ ਆ ਕੋ ਤੂੰ ਤਮਲਾ ਹੀ ਆ मासी मासी का फोन ही
ਉਹ ਪੰਮੀ ਮਾਸੀ ਆਉਣ ਦੀ ਕਹਿੰਦੀ ਮੈਨੂੰ ਅੱਡੇ ਤੋਂ ਲੈ ਜੀ ਉਹਦਾ ਫੋਨ ਹੀ ਆਂਢ ਗਵਾਂਢ ਚ ਬੋਲ ਆ ਜਾਂਦਾ ਵਾ ਮੇਰੇ ਟੱਬਰ ਨੂੰ ਨਹੀਂ ਸੁਣਦਾ ਮੰਮੀ ਜੀ ਪੰਮੀ ਮਾਸੀ ਆਉਣ ਦੀ ਆ ਹਾਏ ਹੌਲੀ ਬੋਲ ਕਰ ਮੈਂ ਬੋਲੀ ਨਹੀਂ ਆ ਉਹ ਪੰਮੀ ਮਾਸੀ ਆਉਣ ਦੀ ਆ ਅੱਛਾ ਫੋਨ ਆਇਆ ਸੀ ਆਹੋ ਤੇ ਮੈਨੂੰ ਕਹਿੰਦੇ ਵੀ ਅੱਡੇ ਤੋਂ ਲੈ ਜਿਓ ਕਹਿੰਦੇ ਮੌਸਮ ਠੰਡਾ ਹੋਇਆ ਵਾ ਵੀ ਮੈਂ ਸਾਹ ਦੇ ਆਉਣਾ ਵਾ ਜਦ ਲੈ ਆਇਆ ਫਿਰ ਬੱਸ ਤੇ ਆ ਗਈ ਨਹੀਂ ਟਾਈਮ ਹੋਇਆ ਬੱਸ ਦਾ ਹਾਂ ਹਾਂ ਮੈਂ ਚੱਲਿਆ ਹਾਂ ਉੱਤੇ ਲੈ ਜੀ ਮੋ ਕੱਪੜੇ ਉਹਦੇ ਵੀ ਭੇਜ ਜਾਣੇ ਆ ਕੋਈ ਨਹੀਂ ਇਦਾਂ ਗੱਲ ਨਹੀਂ ਆ ਦਵਿੰਦਰ ਨੂੰ ਥੋੜ੍ਹਾ ਜਿਹਾ ਸਮਝਾ ਲੈਣੀ ਉਹ ਤੇ ਪਿਛਲੀ ਵਾਰੀ ਆਈ ਸੀ ਨਾ ਹੁਣ ਤੱਕ ਮਜ਼ਾਕ ਕਰਦੀ ਦੂਜਿਆਂ ਨੂੰ ਕਹਿ ਦਿੰਦੀ ਵੀ ਚੁੱਪ ਹੀ ਰਹੀ ਉਹਦੇ ਸਾਹਮਣੇ ज्यादा बोलना पसंद नहीं करते दादा नहीं बोलते सब्जी काट दे बैठी फिर मैं काट दूंगी पहले मैं ता भी नहीं ता माची दे नाल चल ठीक है ਅਸੀਂ ਅਸੀਂ ਕਾਲ ਮੀਂਹ ਅਜੇ ਵੀ ਨਹੀਂ ਆਇਆ ਇੱਧਰ ਵੀ ਨਹੀਂ ਆਇਆ ਮੀਂਹ ਅੱਜ ਹਾਂਜੀ ਹਾਂਜੀ ਹਾਂ मौसम ठंडे दा ला लै लिये मैं चल घूम फेरी बच्चियां दे स्कूल लग गए सीगे ते मैं की छुट्टी करवाउणी आ उहनूं मैं दस्या भी नहीं मैं जाणा वा ਤੇ ਨਾਲੇ ਮੇਰੀ ਗੱਲ ਸੁਣ ਇਹ ਮਾਸੀ ਗੌਰਵ ਦੀ ਆ ਸਾਡੀ ਇਹ ਭੈਣ ਵਾ ਮੇਰੀ ਭੈਣ ਤੇ ਤੇਰੀ ਵੀ ਭੈਣ ਹੋਈ ਨਾ ਠੀਕ ਆ ਠੀਕ ਆ ਠੀਕ ਆ ਲਓ ਪਿਓ ਮੈਂ ਪੀ ਲੈਣੀ ਆ ਹੋਰ ਤੇਰੇ ਪਿੰਡ ਸਭ ਠੀਕ ਠਾਕ ਆ ਮੈਂ ਬੋਲਣਾ ਨਹੀਂ ਆ ਕਿਉਂ ਉਦਾਂ ਹੀ ਬਾਤ ਤੂੰ ਵੀ ਬਾਤ ਅੱਜ ਤਾਂ ਮੈਂ ਤੋਂ ਵੇਆ ਤੂੰ ਤਾਂ ਏਦਾਂ ਦਾ ਮੈਂ ਤਾਂ ਵੇਆ ਦਾ ਇਹ ਆ ਗਿੱਪੀ ਤੱਕ ਲਕਮੀ ਦੀਆ ਆ ਤੋਨੇ ਦੀਆ ਬਾਲ ਹਾਂ ਸੋਨੇ ਦੀਆ ਦਵਿੰਦਰ ਜੇ ਚਾਹ ਬਣਾ ਤਾ ਬੋਨੀ ਆ ਤਾ ਮੰਗ ਲੋ ਨੀ ਮੈਂ ਹਾਂ ਲਿਆ ਆਪਣਾ ਹਾਏ ਪ੍ਰੀਤ ਤੂੰ ਕਿੰਨਾ ਟਾਈਮ ਕੱਢਦੀ ਇਹਨਾਂ ਦੇ ਵਿੱਚ ਨਹੀਂ ਦੀਦੀ ਹੁਣ ਤੇ ਪਹਿਲਾਂ ਨਾਲੋਂ ਫਰਕ ਆ ਪਹਿਲਾਂ ਜ਼ਿਆਦਾ ਸਤਾਉਂਦੀ ਸੀ
ਮੈਨੂੰ ਤੇ ਲੱਗਦਾ ਤੇਰੇ ਚ ਹੀ ਫਰਕ ਪੈ ਗਿਆ ਇਹਨਾਂ ਚ ਰਹਿ ਰਹਿ ਕੇ। ਗੱਲ ਤੇ ਦੀਦੀ ਤੁਹਾਡੀ ਠੀਕ ਆ, ਪਹਿਲਾਂ ਪਹਿਲਾਂ ਔਖਾ ਲੱਗਦਾ ਸੀ, ਹੁਣ ਤੇ ਜੇ ਤਾਂ ਆਦਤ ਜੀ ਪੈ ਗਈ ਆ, ਸਾਰਾ ਦਿਨ ਖਪਾ ਜਿਹਾ ਹੁੰਦਾ ਰਹਿੰਦਾ ਨਾ। ਹੋਰ ਪਰਮਜੀਤ, ਹੋਰ ਸਭ ਠੀਕ ਠਾਕ ਵਾ? ਹਾਂਜੀ ਠੀਕ ਠਾਕ ਆ। ਹੈਂ ਠੀਕ ਠਾਕ ਆ? ਕੀ ਕਹਿੰਦੀ ਆ? ਕਹਿੰਦੇ ਠੀਕ ਠਾਕ ਆ ਸਭ। ਅੱਛਾ ਤੁਸੀਂ ਸੁਣਾਓ ਆਪਣੀ ਸਿਹਤ ਦਾ। ਮੈਂ ਕੀ, ਤੁਹਾਡੀ ਸਿਹਤ ਕਿੱਦਾਂ ਠੀਕ ਰਹਿੰਦੀ ਆ? ਮੈਨੂੰ ਨੀ ਪਤਾ ਕੀ ਆਉਂਦੀ ਆ। ਕਹਿੰਦੇ ਸਿਹਤ ਠੀਕ ਵਾ। ਆਹੋ ਅੱਛਾ ਠੀਕ ਵਾ। ਦਵਾਈ ਦਾਰੂ ਖਾਂਦੇ ਹੋ? ਕੀ ਦਵਾਈ ਦਾਰੂ? ਨੀ ਦਾਰੂ ਕਿੱਥੇ ਛੱਡਦਾ ਵਾ, ਸਵੇਰ ਦਾ ਟੁਰਨ ਹੋਇਆ ਸੀ, ਪਤਾ ਕਿੱਥੇ ਤੁਰਿਆ ਫਿਰ ਗਿਆ ਵਾ, ਘਰ ਤੇ ਆਇਆ ਹੀ ਨੀਗਾ। ਪ੍ਰੀਤ ਸੁਣਦਾ ਕਿਨੂੰ ਇੱਥੇ, ਕਿਤੇ ਬੋਲਿਆ ਦਾ ਟੱਬਰ, ਕਿਤੇ ਤੈਨੂੰ ਹੀ ਨਾ ਪਾਗਲ ਕਰ ਦੇਣ। ਏਦਾਂ ਦੀ ਸਦਾਈ ਨਹੀਂ ਹੈ, ਉਹਦਾ ਨਹੀਂ ਧਿਆਨ ਪਿਆ ਹੋਣਾ ਤਾਂ ਮੁੰਡਾ ਚੁੱਪ ਕਰਨ ਲੱਗ ਗਿਆ। ਜੇ ਤੁਹਾਨੂੰ ਇੰਨਾ ਹੀ ਫਿਕਰ ਵਾ ਤੇ ਇਹਨੂੰ ਨਾਲ ਲੈ ਜਾਓ, ਸਾਡੇ ਚ ਰਹਿ ਕੇ ਕਿਤੇ ਕਮਲੀ ਨਾ ਹੋ ਜੇ। ਹਾਏ ਰੱਬਾ, ਜਦੋਂ ਸਾਰਾ ਦਿਨ ਮੈਂ ਸਿਰ ਖਪਾਉਂਦੀ ਰਹਿੰਦੀ ਹਾਂ ਉਦੋਂ ਇਹਨਾਂ ਨੂੰ ਕੁਛ ਆਉਂਦਾ ਨਹੀਂ, ਤੇ ਜਦੋਂ ਕੋਈ ਪੜਦੇ ਦੀ ਗੱਲ ਹੁੰਦੀ ਹੈ ਉਦੋਂ ਝੱਟ ਕੰਨੀ ਆਵਾਜ਼ ਪੈ ਜਾਂਦੀ। ਭੈਣਾ ਉਦਾਂ ਦੀ ਜਵਾਨੀ ਮੇਰੀ ਸੱਸ ਨੂੰ ਸੁਣਦਾ ਨਹੀਂ, ਹੁਣ ਤੇ ਉਹਨੂੰ ਝੱਟ ਸੁਣ ਗਿਆ, ਮੈਨੂੰ ਤੇ ਨਾਲ ਹੀ ਉਹਨੇ ਸ਼ਰਮਿੰਦਿਆ ਹੀ ਕਰ ਦਿੱਤਾ। ਬੀਜੀ ਨੂੰ ਥੋੜਾ ਬਹੁਤਾ ਸੁਣਦਾ ਵਾ, ਇੱਕ ਕੰਨ 'ਚ ਹੀ ਜ਼ਿਆਦਾ ਪ੍ਰੋਬਲਮ ਆ, ਜੋਬਨ ਨੂੰ ਘੱਟ ਸੁਣਦਾ ਵਾ, ਉਹਨੂੰ ਤੇ ਕਿੰਨਾ ਕਿੰਨਾ ਸਿਰ ਖਪਾਉਣਾ ਪੈਂਦਾ, ਕਈ ਵਾਰ ਤਾਂ ਬੜੀ ਖਿੱਚ ਵੀ ਚੜ੍ਹਦੀ ਆ, ਪਰ ਹੁਣ ਕੀ ਕਰਾਂ, ਘਰ ਦਾ ਮਾਹੌਲ ਚੱਲ ਗਿਆ ਇੱਦਾਂ ਦਾ ਹੋ ਗਿਆ ਵਾ ਨਾ, ਮੈਂ ਤੇ ਕਿਤੇ ਜਾ ਨਹੀਂ ਸਕਦੀ, ਬਾਜੀ ਗਈ ਆ ਘਰ ਦੇ ਨਾਲ। ਚੱਲ ਇਹ ਛੱਡ, ਤੂੰ ਇਹ ਦੱਸ ਵੀ ਦਵਿੰਦਰ ਤੇਰੇ ਨਾਲ ਕੰਮ ਧੰਦਾ ਵੀ ਕਰਦੀ ਆ ਕਿ ਜਾਂ ਇਕੱਲੀ ਖਾਪਦੀ ਰਹਿੰਦੀ ਆ? ਕੰਮ ਧੰਦਾ ਤੇ ਦੀਦੀ ਕਰਦੀ ਆ, ਪਰ ਇਹ ਜਦੋਂ ਰੁੱਸ ਜਾਵੇ ਨਾ ਉਦੋਂ ਵਿਟਰ ਵੀ ਜਾਂਦੀ ਆ, ਦੋ ਦੋ ਦਿਨ ਹੱਥ ਨਹੀਂ ਲਾਉਣਾ ਫਿਰ, ਤੇ ਜੇ ਟੀਵੀ ਵੇਖਣ ਬਹਿ ਜਾਣਾ ਵਾ ਤੇ ਜੋ ਜੋ ਟੀਵੀ 'ਚ ਖਾਂਦੇ ਪੀਂਦੇ ਆ, ਰਸੋਈ 'ਚ ਗਾਹ ਪਾਇਆ ਹੁੰਦਾ, ਭਾਂਡੇ ਲਬੇਰ ਲਬੇਰ ਸੁੱਟੀ ਜਾਣੇ ਆ, ਦਿਨ 'ਚ ਤਿੰਨ ਚਾਰ ਵਾਰੀ ਤਾਂ ਤਿਆਰ ਹੀ ਹੋਣਾ ਵਾ। ਉਹਦਾ ਤੇ ਇੱਕ ਹਿਸਾਬ ਹੀ ਉਹ ਵੀ ਪਿਆਰ ਨਾਲ ਉਹ ਕੋ ਜਿੰਨਾ ਮਰਜ਼ੀ ਕੰਮ ਕਰਾ ਲਓ, ਜਿਹੜਾ ਉਹਨੂੰ ਕਿਸੇ ਕੋਲ ਕਹਿਤਾ ਫਿਰ ਤਾਂ ਉਹਨੇ ਵੇਹ ਹੀ ਜਾਣਾ ਵਾ। ਹਾਏ ਹਾਏ, ਤੇ ਇਹਦੇ ਚੰਗਾ ਤੁਸੀਂ ਉਹਨੂੰ ਬੋਲੇ ਨੂੰ ਵੀ ਹੁੰਦੇ ਨਾ, ਤੁਸੀਂ ਤੇ ਬਹੁਤ ਕਮਲਖਾਨਾ ਘਰ ਪਾ ਲਿਆ। ਪਰ ਹਰੇਕ ਮਾਂ ਕਹਿੰਦੀ ਆ ਨਾ, ਪਰ ਹਰੇਕ ਮਾਂ ਕਹਿੰਦੀ ਆ ਕਿ ਮੇਰਾ ਪੁੱਤ ਜਿੱਦਾਂ ਦਾ ਵੀ ਹੈਗਾ ਇਹਦਾ ਘਰ ਵਸ ਜੇ, ਜੋਬਨ ਚੋਣ 'ਚ ਤੇ ਕੋਈ ਕਮੀ ਨਹੀਂ ਸੀ, ਕੰਨਾਂ ਨੇ ਤਾਂ ਉਹਦੀ ਜ਼ਿੰਦਗੀ ਖਰਾਬ ਕਰ ਦਿੱਤੀ ਆ। ਵਾਈ ਜੋਤੀ ਨੇ ਪੂਰਾ ਕੰਮ ਕਰਾਉਂਦਾ ਆਪਣੇ ਭਰਾ ਦੇ ਨਾਲ, ਹੁਣ ਜਹੀ ਦਵਿੰਦਰ ਨੂੰ ਕਹੀਏ ਸਿੱਧੀ ਆ, ਤੇ ਜੋਬਨ 'ਚ ਵੀ ਤਾਂ ਏਡਾ ਵੱਡਾ ਕਾਜ ਵਾ, ਤਾਂ ਹੀ ਤੇ ਅਗਲਿਆਂ ਨੇ ਕਰਤਾ ਕੰਮ ਧੰਦਾ, ਬਾਹਰ ਅੰਦਰ ਕੋਈ ਕਰ ਨਹੀਂ ਸਕਦਾ, ਚਾਰ ਸਿਆੜਾ ਦੇ ਹੀ ਆ। ਚੱਲ ਉਹਨਾਂ ਦੀ ਕੁੜੀ ਵੀ ਥੋੜ੍ਹੀ ਜਿਹੀ ਸਿੱਧੀ ਸੀ, ਓਦਾਂ ਵੀ ਜ਼ਿਆਦਾ ਹੀ ਤੋਤਲੀ ਆ, ਤੇ ਸਾਨੂੰ ਲੋੜ ਸੀ ਇਹ ਆ ਕੇ। ਚੱਲ ਜਦੋਂ ਕਿਤੇ ਦੋਵੇਂ ਲੜ ਪੈਂਦੇ ਰੁੱਸ ਪੈਂਦੇ ਆ ਤੇ ਫਿਰ ਦੋਵੇਂ ਨਹੀਂ ਸੁਣਦੇ। ਕੁਛ ਨੀ ਦਵਿੰਦਰ, ਭੈਣਾਂ ਭੈਣਾਂ ਦੇ ਦੁੱਖ ਸੁੱਖ ਕਰਨ ਡਈ ਆ। ਤੇਰੀਆਂ ਗੱਲਾਂ ਦੇ ਦਿੰਦੇ ਆ? ਤੇਰੀਆਂ ਗੱਲਾਂ ਗੱਲਾਂ ਏਦਾਂ ਤੇਰੀਆਂ ਹੀ ਕਰਨ ਡਏ ਆ, ਇਹ ਗੱਲਾਂ ਦਾਂਦੇ? ਹਾਂ ਆਪ ਤੂੰ ਇਹਦੇ ਗੱਲਾਂ ਤਾਨੀਆਂ ਨਹੀਂ ਆ, ਉਹ ਤੈ ਤੂੰ ਆਈ ਆਪ ਤੂੰ ਤਾਂ ਗੱਲਾਂ ਦੇਈ ਜਾਂਦੇ ਨੇ। ਪ੍ਰੀਤ ਕੀ ਆਂਦੀ ਆਈ? ਕੁਛ ਨੀ ਕਹਿੰਦੀ, ਮੈਂ ਵੀ ਦੱਸਣੀਆਂ ਸਾਰੀਆਂ, ਮੈਂ ਵੀ ਗੱਲਾਂ ਦੱਸਣੀਆਂ ਤੁਹਾਨੂੰ, ਦੋੜੇ ਦੀਆਂ ਦੋੜੇ ਦੀਆਂ ਲਾਉ ਦੂ ਕਰਦਾ ਤੂੰ ਤੁਰੀ ਨਾਲ। ਹੈਂ ਇਹ ਕੀ ਆਂਦੀ ਆ? ਦੋੜਾ 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 ਹਦਾ ਆਈ ਲਾਉ ਦੂ ਕਰਦਾ ਕੁੜੀ ਦੇ ਨਾਲ, ਸਾਰਿਆਂ ਨੂੰ ਦੱਸਦੀ ਆ ਸ਼ਿਕਾਇਤ ਲਾਏ ਦੀ ਹੁਣ ਗੋਰੇ ਦੀ ਮਾਸੀ ਨੂੰ। ਉਹ ਗੱਲ ਖਾਤੇ ਦੱਸਦੇ ਉਹਨੂੰ, ਚੱਲ ਪੁੱਛਦੇ ਆ ਕੋਈ ਨੀ ਗੋਰੇ। ਹਾਂ ਦੀਦੀ ਲਾ ਕੇ ਬਹਿਣਾ ਵਾ,
अच्छा वो तो ठीक हुआ, हुन कोई रह नहीं गया दसन वाला। दुध दुध को दत्तना लिया मैं, दुध मेरी पति तेरी है पति, उन तो मैं दत्तनी दत्तनी दूर है निकाल। तो मैं नहीं तेरी सहेली, तू ही आ, तू ही है मेरी सहेली। तो जा फिर मेरे आके लाके चाह पा के लाया। तब पर तेरे आके बाके ताव में ले आऊंगी, पर मैं इतने बह के पीनी हूँ। पूजिया है पूजिया है का पूजिया मेरे बैठो बैठो बेस्कुट नहीं है गे दीदी ती आठू दी दे दो ना मगा लो वहां पे पाजू कर दे तो ला गया दोई नु कवा कोई गल नहीं मेरी भैन ही आओ तू पूछ के नहीं लाया नहीं मैं इतने बैठता पी हूं पी ले मैं हूं उन्हें आई ता लेके हां हां प्रीत मैं तो एड्डी दूरों बस च आई हां मेनू तो ओहो घुमा चढ़िया पर इन्ना ने तो मेरा सिर खपाता वा मेनू दे दे हुन चाह कोट दे देने चाह तन्नो एक दिन वेखो तो सही रह के कि मैं किदा कटनी हां बीजी ने दसता ओने तो कोई छड़िया नहीं दसन वाला कहिंदी सुख नु दस के आना भेना इन थोड़ा संभाल के रखा करो घरे ही रखा करो घरे ही रखी दवा कि शहर कि ला गई हाँ कन्ना नु हाथ लाए कहीं घरे रखनी अपनी दादी पाई है पीलो बड़ी ताड़वाई है टेस्टी है लौंग लातिया पाईया मैं जी ना मैं दद्दी ना दद्दी ना ना तू जहाँ दीदी लादी है ना तेनू दद्दी अजीब दी गल होदी दोरे दी मैं ते दो बनू भी दद्दी मैं भाजी नू भी दद्दी मैं तोतनू भी दत्तनी हाँ ना मैंने नंबर दे के जाई नहीं तेरे ना दे मैं थाने नू दत्तनी हाँ ते मैं अपने पेते भी दत्तनी अपनी मम्मी ना भी दल दानी हाँ मैनू नंबर गल नहीं कहते कि छदैन मैं छदैन हाँ दस मैं नहीं छदैन है ना मेनू बहुत आंदे ते दैन दैन फिर मैं ते दैन बांके दे तू कि दरिया च रहना हुंदियां ता भी ला उन्हें नी पुदिया पदिया ले आना एदा दी आ लल्लो ही आ।